Hello students, today we will continue the same chapter, chapter number 5, periodic classification of the elements. Okay, this is the third part of the chapter number 5. Okay, in first and second part we have already learnt about the Daubonier triad, Newland laws of octaves, Mendeleev's already padh chuke hain. Okay, in this video we will discuss about modern periodic table. Okay, ਇਹਦੇ ਵਿੱਚ ਆਪਾਂ ਕੀ ਮਾਡਰਨ ਪੀਰੀਓਡਿਕ ਟੇਬਲ ਪੜਾਂਗੇ ਠੀਕ ਹੈ ਇਨ ਫਰਸਟ ਐਂਡ ਸੈਕਿੰਡ ਵੀਡੀਓ ਦੇ ਵਿੱਚ ਆਪਾਂ ਕੀ ਕੰਪਲੀਟ ਕਰ ਚੁੱਕੇ ਹਾਂ ਕਿਹੜੇ ਕਿਹੜੇ ਟੌਪਿਕਸ ਕੀਤੇ ਆ ਡੌਬਨੀਅਰ ਟ੍ਰਾਇਡ ਠੀਕ ਹੈ ਨਿਊਲੈਂਡ ਲਾਜ਼ ਆਫ ਆਕਟੇਵਸ ਠੀਕ ਹੈ ਮੈਂਡਲੀਵ ਲਾਅ ਆਫ ਪੀਰੀਓਡਿਕ ਟੇਬਲ ਠੀਕ ਹੈ ਇਹ ਸਾਰੇ ਆਪਾਂ ਕੀ ਪੜ ਚੁੱਕੇ ਹਾਂ ਠੀਕ ਹੈ ਹੁਣ ਆਪਾਂ ਕੀ ਮਾਡਰਨ ਪੀਰੀਓਡਿਕ ਟੇਬਲ ਪੜਾਂਗੇ ਠੀਕ ਹੈ ਕਿਹਨੇ ਦਿੱਤਾ ਸੀ ਕਿ ਇਹ ਕੀ ਹੈ ਇਨ 1913 ਦੇ ਵਿੱਚ ਕੀ ਹੈ ਹੈਨਰੀ ਮੋਜ਼ਲੇ ਸ਼ੋਡ ਦੈਟ ਦੀ ਐਟੋਮਿਕ ਨੰਬਰ ਆਫ ਐਨ ਐਲੀਮੈਂਟ ਇਜ਼ ਅ ਫੰਡਾਮੈਂਟਲ ਪ੍ਰੋਪਰਟੀ ਦੈਨ ਇਟਸ ਐਟੋਮਿਕ ਮਾਸ ਦੇਖੋ ਦੈਨ ਜਿਹੜਾ ਕਿ ਇਹ ਮੈਂਡਲੀਵ ਸੀਗਾ ਠੀਕ ਹੈ ਮੈਂਡਲੀਵ ਨੇ ਕੀ ਕੀਤਾ ਸੀਗਾ ਜਿਹੜਾ ਕਿ ਐਟੋਮਿਕ ਮਾਸ ਜਿੰਨੇ ਵੀ ਹੁਣ ਤੱਕ ਜਿਹੜੇ ਪਿਛਲੇ ਆਏ ਸੀਗੇ ਕੈਮਿਸਟ ਸੀਗੇ ਉਹਨਾਂ ਨੇ ਸਾਰੇ ਕੀ ਐਟੋਮਿਕ ਮਾਸ ਦੇ ਉੱਤੇ ਕੰਮ ਕੀਤਾ ਸੀ ਬਟ ਜਿਹੜੇ ਹੈਨਰੀ ਮੋਜ਼ਲੇ ਸੀਗਾ ਇਹ ਕਹਿੰਦਾ ਵੀ ਐਟੋਮਿਕ ਨੰਬਰ ਹੈ ਇਹ ਜਿਹੜਾ ਫੰਡਾਮੈਂਟਲ ਪ੍ਰੋਪਰਟੀ ਹੈ ਦੈਨ ਕੀ ਹੈ ਐਟੋਮਿਕ ਮਾਸਸ ਇਹਨੇ ਕੀ ਐਟੋਮਿਕ ਨੰਬਰ ਦੇ ਬੇਸਿਸ 'ਤੇ ਕੀ ਹੈ ਮਾਡਰਨ ਪੀਰੀਓਡਿਕ ਟੇਬਲ ਬਣਾਇਆ ਸੀ ਠੀਕ ਹੈ ਦੇਖੋ ਅਕੋਰਡਿੰਗਲੀ ਮੈਂਡਲੀਵ ਪੀਰੀਓਡਿਕ ਲਾਅ ਵਾਜ਼ ਮੋਡੀਫਾਈਡ ਐਂਡ ਐਟੋਮਿਕ ਨੰਬਰ ਵਾਜ਼ ਅਡੋਪਟਿਡ ਔਨ ਦੀ ਬੇਸਿਸ ਆਫ ਦੀ ਮਾਡਰਨ ਪੀਰੀਓਡਿਕ ਟੇਬਲ ਐਂਡ ਮਾਡਰਨ ਪੀਰੀਓਡਿਕ ਟੇਬਲ ਕੈਨ ਬੀ ਕਲਾਸੀਫਾਈਡ ਐਸ ਇਹਨੇ ਕੀ ਹੈ ਕੀ ਕੀਤਾ ਸੀ ਐਟੋਮਿਕ ਨੰਬਰ ਲੈ ਲਿਆ ਐਟੋਮਿਕ ਮਾਸ ਨੂੰ ਰਿਪਲੇਸ ਕਰਕੇ ਕੀ ਐਟੋਮਿਕ ਨੰਬਰ ਲਿਆ ਠੀਕ ਹੈ ਪ੍ਰੋਪਰਟੀਜ਼ ਆਫ ਐਲੀਮੈਂਟਸ ਆਰ ਅ ਪੀਰੀਓਡਿਕ ਫੰਕਸ਼ਨ ਆਫ ਦੇਅਰ ਐਟੋਮਿਕ ਨੰਬਰ ਦੇਖੋ ਜਿਹੜੇ ਮੈਂਡਲੀਵ ਸੀਗਾ ਉਹਨੇ ਕੀ ਕਿਹਾ ਸੀ ਪ੍ਰੋਪਰਟੀਜ਼ ਆਫ ਦੀ ਐਲੀਮੈਂਟਸ ਆਰ ਅ ਪੀਰੀਓਡਿਕ ਫੰਕਸ਼ਨ ਆਫ ਦੇਅਰ ਐਟੋਮਿਕ ਮਾਸਸ ਉਹਨੇ ਕੀ ਐਟੋਮਿਕ ਮਾਸਸ ਦੀ ਗੱਲ ਕੀਤੀ ਸੀ ਬਟ ਇਹ ਕੀ ਕਹਿੰਦਾ ਐਟੋਮਿਕ ਨੰਬਰ ਹੈ ਜਿਹੜਾ ਇਹ ਕੀ ਹੈ ਫੰਡਾਮੈਂਟਲ ਪ੍ਰੋਪਰਟੀ ਹੈ ਠੀਕ ਹੈ ਦੈਨ ਇਟਸ ਐਟੋਮਿਕ ਮਾਸਸ ਇਹਨੇ ਕੀ ਐਟੋਮਿਕ ਨੰਬਰ ਦੇ ਉੱਤੇ ਸਾਰਾ ਕੀ ਪੀਰੀਓਡਿਕ ਟੇਬਲ ਕੀ ਹੈ ਬਣਾਇਆ ਠੀਕ ਹੈ ਹੁਣ ਆਪਾਂ ਦੇਖਦੇ ਹਾਂ ਨੀ ਕਿਵੇਂ ਬਣਾਇਆ ਸੀ ਦੇਖੋ ਲੈਟ ਅਸ ਰਿਕਾਲ ਦੀ ਐਟੋਮਿਕ ਨੰਬਰ ਆਪਾਂ ਨੂੰ ਪਤਾ ਐਟੋਮਿਕ ਨੰਬਰ ਹੈ ਜਿਹੜਾ ਉਹ ਕੀ ਹੁੰਦਾ ਠੀਕ ਹੈ ਐਟੋਮਿਕ ਨੰਬਰ ਤੋਂ ਆਪਾਂ ਕੀ ਕਰ ਸਕਦੇ ਹਾਂ ਨੰਬਰ ਆਫ ਪ੍ਰੋਟੋਨ ਪਤਾ ਕਰ ਸਕਦੇ ਹਾਂ ਠੀਕ ਹੈ ਅਤੇ ਨੰਬਰ ਆਫ ਇਲੈਕਟ੍ਰੋਨਸ ਪਤਾ ਕਰ ਸਕਦੇ ਹਾਂ ਠੀਕ ਹੈ ਦੇਖੋ ਐਟੋਮਿਕ ਨੰਬਰ ਦੇ ਇਕੁਅਲ ਕੀ ਹੁੰਦਾ ਐਟੋਮਿਕ ਨੰਬਰ ਦੇ ਇਕੁਅਲ ਹੁੰਦਾ ਨੰਬਰ ਆਫ ਪ੍ਰੋਟੋਨਸ ਅਤੇ ਨੰਬਰ ਆਫ ਇਲੈਕਟ੍ਰੋਨਸ ਠੀਕ ਹੈ ਇਹ ਆਪਾਂ ਕੀ ਪਿਛਲੀ ਕਲਾਸਿਸ ਦੇ ਵਿੱਚ ਕੀ ਪੜ੍ਹ ਚੁੱਕੇ ਹਾਂ ਠੀਕ ਹੈ ਦੇਖੋ ਲੈਟ ਅਸ ਰਿਕਾਲ ਦੈਟ ਦੀ ਐਟੋਮਿਕ ਨੰਬਰ ਗਿਵਸ ਅਸ ਦੀ ਨੰਬਰ ਆਫ ਪ੍ਰੋਟੋਨਸ ਇਨ ਦੀ ਨਿਊਕਲੀਅਸ ਆਫ ਐਨ ਐਟਮ ਐਂਡ ਦਿਸ ਨੰਬਰ ਇਨਕਰੀਜ਼ਸ ਬਾਏ ਗੋਇੰਗ ਇਨ ਗੋਇੰਗ ਫਰੋਮ ਵਨ ਐਲੀਮੈਂਟ ਟੂ ਦੀ ਨੈਕਸਟ ਐਲੀਮੈਂਟ ਜਿਵੇਂ ਜਿਵੇਂ ਆਪਾਂ ਕੀ ਐਲੀਮੈਂਟ ਟੂ ਐਲੀਮੈਂਟ ਕੀ ਹੈ ਮੂਵ ਕਰਾਂਗੇ ਤਾਂ ਐਟੋਮਿਕ ਨੰਬਰ ਕੀ ਇਨਕਰੀਜ਼ ਹੋਊਗਾ ਜੇ ਐਟੋਮਿਕ ਨੰਬਰ ਇਨਕਰੀਜ਼ ਹੋਊਗਾ ਇਟ ਮੀਨਸ ਨੰਬਰ ਆਫ ਪ੍ਰੋਟੋਨਸ ਅਤੇ ਨੰਬਰ ਆਫ ਇਲੈਕਟ੍ਰੋਨਸ ਵੀ ਕੀ ਹੋਣਗੇ ਇਨਕਰੀਜ਼ ਹੋਣਗੇ ਠੀਕ ਹੈ ਦੇਖੋ ਇਹ ਕੀ ਇਹਨੇ ਮਾਡਰਨ ਪੀਰੀਓਡਿਕ ਟੇਬਲ ਦਿੱਤਾ ਸੀਗਾ ਕਿਹਨੇ ਹੈਨਰੀ ਮੋਜ਼ਲੇ ਨੇ ਠੀਕ ਹੈ ਜਿਹੜੇ ਮੈਂਡਲੀਵ ਸੀਗਾ ਉਹਨੇ ਵੀ ਕੀ ਕੀਤਾ ਸੀ ਮੈਂਡਲੀਵ ਪੀਰੀਓਡਿਕ ਟੇਬਲ ਦਿੱਤਾ ਸੀ ਉਹਦੇ ਵਿੱਚ ਉਹਨੇ ਕੀ ਗਰੁੱਪ ਅਤੇ ਪੀਰੀਅਡਸ ਦੀ ਗੱਲ ਕੀਤੀ ਸੀ ਠੀਕ ਹੈ ਉਹਨੇ ਵੀ 7 ਪੀਰੀਅਡਸ ਦੀ ਗੱਲ ਕੀਤੀ ਸੀ ਅਤੇ ਕਿ ਇੱਥੇ ਕੀ 18 ਕੀ ਗਰੁੱਪ ਨੇ ਠੀਕ ਹੈ ਇਹ ਸਾਰੇ ਕੀ ਜਿਹੜੇ ਹੋਰੀਜ਼ੋਂਟਲ ਨੇ ਇਹ ਸਾਰੇ ਕੀ ਪੀਰੀਅਡਸ ਨੇ ਜਿਹੜੇ ਇਹ ਹੈ ਕਿ ਇਹ ਕੀ ਗਰੁੱਪਸ ਨੇ ਇੱਥੇ ਕੀ 18 ਕੀ ਗਰੁੱਪਸ ਨੇ ਠੀਕ ਹੈ 7 ਕੀ ਪੀਰੀਅਡਸ ਨੇ ਦੇਖੋ ਜਿਹੜੀ ਹਾਈਡਰੋਜਨ ਆ ਹਾਈਡਰੋਜਨ ਦੀ ਪੋਜੀਸ਼ਨ ਹੈ ਜਿਹੜੀ ਇਹ ਕੀ ਮੈਂਡਲੀਵ ਨੇ ਵੀ ਫਿਕਸ ਨਹੀਂ ਕੀਤੀ ਸੀ ਅਤੇ ਮਾਡਰਨ ਪੀਰੀਓਡਿਕ ਟੇਬਲ ਦੇ ਵਿੱਚ ਵੀ ਇਹਦੀ ਕੋਈ ਪੋਜੀਸ਼ਨ ਫਿਕਸ ਨਹੀਂ ਹੈਗੀ ਇਹਨੂੰ ਫਸਟ ਪੋਜੀਸ਼ਨ 'ਤੇ ਇਸ ਲਈ ਰੱਖਿਆ ਕਿਉਂਕਿ ਇਹਦੇ ਐਟੋਮਿਕ ਮਾਸ ਕੀ ਸਾਰੇ ਐਲੀਮੈਂਟਸ ਦੇ ਨਾਲੋਂ ਕੀ ਘੱਟ ਹੈ ਇਸ ਲਈ ਫਸਟ ਪੋਜੀਸ਼ਨ 'ਤੇ ਠੀਕ ਹੈ ਇਸ ਤੋਂ ਇਲਾਵਾ ਕੀ ਜਿਹੜੇ ਰਾਈਟ ਹੈਂਡ ਸਾਈਡ 'ਤੇ ਨੇ ਉਹ ਸਾਰੇ ਕੀ ਹੈ ਨੋਨ ਮੈਟਲਸ ਨੇ ਜਿਹੜੇ ਲੈਫਟ ਹੈਂਡ ਸਾਈਡ 'ਤੇ ਉਹ ਸਾਰੇ ਕੀ ਮੈਟਲਸ ਨੇ ਆਪਾਂ ਕੀ ਥਰਡ ਚੈਪਟਰ ਦੇ ਵਿੱਚ ਪੜ੍ਹਿਆ ਸੀ ਮੈਟਲਸ ਜਿਹੜੇ ਕੀ ਆਰ ਮੋਰ ਦੈਨ ਦੀ ਨੋਨ ਮੈਟਲਸ ਠੀਕ ਹੈ ਨੋਨ ਮੈਟਲਸ ਨਾਲੋਂ ਕੀ ਮੈਟਲਸ ਕੀ ਜ਼ਿਆਦਾ ਨੇ ਠੀਕ ਹੈ ਇਹ ਸਾਰੇ ਕੀ ਮੈਟਲਸ ਨੇ ਇਹ ਸਾਰੇ ਕੀ ਨੋਨ ਮੈਟਲਸ ਨੇ ਬਟ ਜਿਹੜੇ ਆ ਪਿੰਕ ਨੇ ਇਹ ਕੀ ਹੈ ਮੈਟਲੋਇਡਸ ਕੀ ਹੁੰਦੇ ਸੀ ਜਿਹੜੇ ਕੀ ਬੋਥ ਪ੍ਰੋਪਰਟੀਜ਼ ਸ਼ੋ ਕਰਦੇ ਨੇ ਮੈਟਲਸ ਅਤੇ ਕੀ ਨੋਨ ਮੈਟਲਸ ਦੀਆਂ ਕਿਹੜੇ ਕਿਹੜੇ ਨੇ ਸਿਲੀਕਨ ਜਰਮੇਨੀਅਮ ਆਰਸੈਨਿਕ ਟੈਲੂਰੀਅਮ ਠੀਕ ਹੈ ਪਲੋਨੀਅਮ ਇਹ ਸਾਰੇ ਕੀ ਹੈ ਮੈਟਲੋਇਡਸ ਨੇ ਠੀਕ ਹੈ ਆਹ ਦੇਖੋ ਜ਼ਿਗਜ਼ੈਗ ਲਾਈਨ ਸੈਪਰੇਟਸ ਦੀ ਮੈਟਲਸ ਫਰੋਮ ਦੀ ਨੋਨ ਮੈਟਲਸ ਦੇਖੋ ਇਹ ਜਿਹੜੀ ਗ੍ਰੀਨ ਕਲਰ ਦੇ ਨੇ ਇਹ ਸਾਰੇ ਕੀ ਨੇ ਮੈਟਲਸ ਪਿੰਕ ਕਲਰ ਹੈ ਮੈਟਲੋਇਡਸ ਅਤੇ ਯੈਲੋ ਕਲਰ ਵਾਲੇ ਸਾਰੇ ਕੀ ਹੈ ਨੋਨ ਮੈਟਲਸ ਨੇ ਠੀਕ ਹੈ ਹਾਈਡਰੋਜਨ ਕੀ ਹੈ ਇਹਨੂੰ ਜਸਟ ਕੀ ਹੈ ਇੱਕੇ ਮੈਟਲਸ ਦੇ ਉੱਪਰ ਕੀ ਹੈ ਇਹਨੂੰ ਫਿਕਸ ਕਰਤਾ ਠੀਕ ਹੈ ਬਟ ਇਹ ਮੈਟਲ ਨਹੀਂ ਹੈਗਾ ਇਹ ਕੀ ਨੋਨ ਮੈਟਲ ਆ ਹਾਈਡਰੋਜਨ ਕੀ ਇੱਕ ਗੈਸ ਆ ਨਾ ਕਿ ਮੈਟਲ ਹੈ ਠੀਕ ਹੈ
ਇਹ ਕੀ ਇਹਦੇ 7 ਪੀਰੀਅਡਸ ਅਤੇ 18 ਕੀ ਹੈ ਗਰੁੱਪਸ ਨੇ, ਠੀਕ ਹੈ। ਜਿਹੜੇ ਇਹ ਨੀਚੇ ਨੇ ਇਹ ਕੀ ਹੈ, ਇਹ ਵੀ ਕੀ ਹੈ ਮੈਟਲਸ ਨੇ, ਇਹ ਵੀ ਕੀ ਹੈ ਪੀਰੀਓਡਿਕ ਟੇਬਲ ਦਾ ਹੀ ਪਾਰਟ ਹੈ। ਦੇਖੋ ਇਹਦੇ ਵਿੱਚ ਕੀ ਹੈ ਲੈਂਥੇਨਮ ਹੈ, ਠੀਕ ਹੈ। ਲੈਂਥੇਨਮ ਤੋਂ ਕੀ ਹੈ ਇਹਨਾਂ ਨੂੰ ਕੀ ਅਲੱਗ ਕਰਤਾ, 14 ਐਲੀਮੈਂਟਸ ਨੇ ਜਿਹੜੇ ਇਸ ਪੀਰੀਅਡਸ ਦੇ ਵਿੱਚੋਂ, ਇਸ ਪੀਰੀਅਡ ਇਹਨੂੰ ਕੀ ਨਾਮ ਦਿੱਤਾ ਲੈਂਥੇਨੋਇਡ ਅਤੇ ਐਕਟੇਨੋਇਡ ਦਾ। ਕਿਉਂ? ਕਿਉਂਕਿ ਇਹ ਜਿਹੜੀ ਸੀਰੀਜ਼ ਹੈ ਕਿੱਥੋਂ ਸਟਾਰਟ ਹੁੰਦੀ ਹੈ, ਲੈਂਥੇਨੋਇਡ ਤੋਂ ਸਟਾਰਟ ਹੁੰਦੀ ਹੈ, ਇਸ ਲਈ ਲੈਂਥੇਨਮ ਤੋਂ ਸਟਾਰਟ ਹੁੰਦੀ ਹੈ, ਇਸ ਲਈ ਇਹਨੂੰ ਕੀ ਹੈ ਲੈਂਥੇਨੋਇਡ ਦਾ ਨਾਮ ਦਿੱਤਾ। ਅਤੇ ਇਹ ਕੀ ਐਕਟੀਨੀਅਮ ਤੋਂ ਸਟਾਰਟ ਹੁੰਦੀ ਹੈ, ਇਸ ਲਈ ਇਹਨੂੰ ਕੀ ਐਕਟੇਨੋਇਡ ਸਟਾਰਟ ਦਿੱਤਾ, ਐਕਟੇਨੋਇਡ ਦਾ ਨਾਮ ਦਿੱਤਾ, ਠੀਕ ਹੈ। ਇਹ ਦੇਖੋ ਜਿਹੜੇ ਫਸਟ 2 ਗਰੁੱਪਸ ਨੇ ਇਹ ਕੀ ਐਸ ਬਲੋਕ ਦੇ ਵਿੱਚ ਆਉਂਦੇ ਨੇ, ਠੀਕ ਹੈ। ਜਿਹੜੇ ਲਾਸਟ 6 ਗਰੁੱਪਸ ਨੇ ਇਹ ਸਾਰੇ ਕੀ ਪੀ ਬਲੋਕ ਦੇ ਵਿੱਚ ਆਉਂਦੇ ਨੇ। ਜਿਹੜੇ ਮਿਡਲ ਵਾਲੇ ਨੇ ਇਹ ਸਾਰੇ ਕੀ ਡੀ ਬਲੋਕ ਦੇ ਐਲੀਮੈਂਟਸ ਨੇ, ਠੀਕ ਹੈ। ਕਿੱਥੋਂ? 3rd ਪੀਰੀਅਡ ਤੋਂ ਲੈ ਕੇ ਕੀ ਹੈ 12 ਤੱਕ ਇਹ ਕੀ ਹੈ ਡੀ ਬਲੋਕ ਨੇ। ਐਂਡ ਜਿਹੜੇ ਨੀਚੇ ਨੇ ਉਹ ਕੀ ਐਫ ਬਲੋਕ ਦੇ ਐਲੀਮੈਂਟਸ ਨੇ, ਠੀਕ ਹੈ। ਇਹ ਸਾਰੇ ਕੀ ਮਾਡਰਨ ਪੀਰੀਅਡਿਕ ਟੇਬਲ ਹੈ, ਠੀਕ ਹੈ। ਆਪਾਂ ਕੀ ਪੜ੍ਹਿਆ ਸੀ ਕਿ ਮਾਡਰਨ ਪੀਰੀਅਡਿਕ ਟੇਬਲ ਦੇ ਹੁਣ ਤੱਕ ਜਿੰਨੇ ਵੀ ਐਲੀਮੈਂਟਸ ਨੇ ਡਿਸਕਵਰ ਹੋਏ ਕਿੰਨੇ, 118, ਠੀਕ ਹੈ। ਇਹ ਸਾਰੇ ਕੀ ਇਹਦੇ ਐਲੀਮੈਂਟਸ ਜਿਹੜੇ ਹੁਣ ਤੱਕ ਡਿਸਕਵਰ ਹੋ ਚੁੱਕੇ ਨੇ, ਠੀਕ ਹੈ। ਹੁਣ ਆਪਾਂ ਕੀ ਅੱਗੇ ਇਹਦੇ ਕੀ ਪੋਜੀਸ਼ਨਸ ਦੀ ਗੱਲ ਕਰਾਂਗੇ, ਉਹ ਸਾਰੇ ਕੀ ਅੱਗੇ ਆਪਾਂ ਦੇਖੋ ਇਹਦੇ ਵਿੱਚ ਕੀ ਪੋਜੀਸ਼ਨ ਆਫ ਐਲੀਮੈਂਟਸ ਇਨ ਦੀ ਮਾਡਰਨ ਪੀਰੀਓਡਿਕ ਟੇਬਲ। ਦੇਖੋ ਇਹਦੇ ਵਿੱਚ ਆਪਾਂ ਕੀ ਹੈ, ਇਨ ਦ ਮਾਡਰਨ ਪੀਰੀਓਡਿਕ ਟੇਬਲ ਹੈਜ਼ 18 ਵਰਟੀਕਲ ਕੋਲਮਸ ਨੋਨ ਐਜ਼ ਦੀ ਗਰੁੱਪ। ਦੇਖੋ ਆਹ ਜਿਹੜੇ ਵਰਟੀਕਲ ਕੋਲਮਸ ਨੇ ਇਹਨਾਂ ਨੂੰ ਆਪਾਂ ਕੀ ਕਹਾਂਗੇ, ਗਰੁੱਪਸ ਕਹਾਂਗੇ। ਜਿਹੜੇ ਆ ਹੋਰੀਜ਼ੋਂਟਲ ਨੇ ਕੀ ਹੈ ਪੀਰੀਅਡਸ ਨੇ, ਠੀਕ ਹੈ। ਸੈਵਲ ਹੋਰੀਜ਼ੋਂਟਲ ਰੋਜ਼ ਨੋਨ ਐਜ਼ ਦੀ ਪੀਰੀਅਡਸ ਪੀਰੀਅਡਸ ਲੈਟ ਅਸ ਸੀ ਵਟ ਡਿਸਾਈਡ ਦੀ ਪਲੇਸਿੰਗ ਆਫ ਐਨ ਐਲੀਮੈਂਟ ਇਨ ਅ ਸਰਟਨ ਗਰੁੱਪ ਔਰ ਪੀਰੀਅਡ। ਇਹਦੇ ਵਿੱਚ ਆਪਾਂ ਦੇਖਾਂਗੇ ਕਿ ਇਹਨਾਂ ਨੂੰ ਗਰੁੱਪ ਦੇ ਵਿੱਚ ਅਤੇ ਪੀਰੀਅਡਸ ਦੇ ਵਿੱਚ ਕਿਉਂ ਰੱਖਿਆ ਗਿਆ, ਠੀਕ ਹੈ। ਕਿਉਂ ਇਹਨਾਂ ਨੂੰ ਕੀ ਹੈ ਸਾਰਿਆਂ ਨੂੰ ਕੀ ਹੈ ਹੋਰੀਜ਼ੋਂਟਲ ਵੇਜ਼ ਦੇ ਵਿੱਚ ਅਤੇ ਕੀ ਹੈ ਵਰਟੀਕਲ ਵੇਜ਼ ਦੇ ਵਿੱਚ ਕਿਉਂ ਰੱਖਿਆ, ਇਹ ਵੀ ਕੋਈ ਸਾਇੰਟੀਫਿਕ ਰੀਜ਼ਨ ਹੈ ਕਿਉਂ ਰੱਖਿਆ ਇਹਨਾਂ ਨੂੰ, ਠੀਕ ਹੈ। ਯੂ ਵਿਲ ਫਾਈਂਡ ਦੈਟ ਆਲ ਦੀਜ਼ ਐਲੀਮੈਂਟਸ ਕੰਟੇਨ ਦੀ ਸੇਮ ਨੰਬਰ ਆਫ ਵੈਲੈਂਸ ਇਲੈਕਟ੍ਰੋਨ। ਜਿਹੜੇ ਕਿ ਵਰਟੀਕਲ ਗਰੁੱਪ ਦੇ ਵਿੱਚ ਹੈ ਇਹਨਾਂ ਨੂੰ ਆਪਾਂ ਦੇਖਾਂਗੇ, ਇਹਨਾਂ ਸਾਰਿਆਂ ਕੋਲ ਕੀ ਹੈ ਸੇਮ ਨੰਬਰ ਆਫ ਵੈਲੈਂਸ ਇਲੈਕਟ੍ਰੋਨ ਹੋਊਗਾ, ਠੀਕ ਹੈ। ਸਿਮਿਲਰਲੀ ਯੂ ਵਿਲ ਫਾਈਂਡ ਦੈਟ ਦੀ ਐਲੀਮੈਂਟ ਪ੍ਰੈਜੈਂਟ ਇਨ ਐਨੀ ਵਨ ਗਰੁੱਪ ਹੈਵ ਦੀ ਸੇਮ ਨੰਬਰ ਆਫ ਵੈਲੈਂਸ ਇਲੈਕਟ੍ਰੋਨਸ। ਫੋਰ ਐਗਜ਼ਾਮਪਲ ਦੇਖੋ ਫਲੋਰੀਨ ਅਤੇ ਕਲੋਰੀਨ ਹੈ, ਠੀਕ ਹੈ। ਦੇਖੋ ਇੱਕ ਇਹ ਫਲੋਰੀਨ ਹੈ ਅਤੇ ਕੀ ਹੈ ਕਲੋਰੀਨ ਲੈ ਲੈਂਦੇ ਹਾਂ ਆਪਾਂ। ਇਹਨਾਂ ਦੇ ਵਿੱਚ ਆਪਾਂ ਵੈਲੈਂਸ ਇਲੈਕਟ੍ਰੋਨ ਦੇਖਾਂਗੇ, ਠੀਕ ਹੈ। ਇਹਨਾਂ ਨੂੰ ਕੀ ਵੈਲੈਂਸ ਇਲੈਕਟ੍ਰੋਨ ਦੇ ਹਿਸਾਬ 'ਤੇ ਕੀ ਹੈ ਗਰੁੱਪ ਦੇ ਵਿੱਚ ਰੱਖਿਆ ਹੋਇਆ। ਦੇਖੋ ਜਿਹੜਾ ਫਲੋਰੀਨ ਹੈ, ਫਲੋਰੀਨ ਦਾ ਐਟੋਮਿਕ ਨੰਬਰ ਕਿੰਨਾ? 9। ਅਤੇ ਕਲੋਰੀਨ ਦਾ ਐਟੋਮਿਕ ਨੰਬਰ ਕਿੰਨਾ? 17, ਠੀਕ ਹੈ। ਇਹ ਕੀ ਹੈ ਫਲੋਰੀਨ ਅਤੇ ਕੀ ਹੈ ਕਲੋਰੀਨ ਦਾ। ਹੁਣ ਇਹਨਾਂ ਦੇ ਆਪਾਂ ਵੈਲੈਂਸ ਇਲੈਕਟ੍ਰੋਨ ਚੈੱਕ ਕਰਨੇ ਹੈ, ਠੀਕ ਹੈ। ਆਪਾਂ ਨੂੰ ਪਤਾ ਕੇ ਐੱਲ ਐੱਮ ਐੱਨ ਸ਼ੈਲਸ ਨੇ, ਠੀਕ ਹੈ। ਕੇ ਸ਼ੈਲਸ ਦੇ ਵਿੱਚ ਹਮੇਸ਼ਾ ਕੀ ਹੈ 2 ਇਲੈਕਟ੍ਰੋਨਸ ਹੁੰਦੇ ਹੈ। ਐੱਲ ਸ਼ੈਲਸ ਦੇ ਵਿੱਚ 8 ਇਲੈਕਟ੍ਰੋਨ ਆ ਸਕਦੇ ਆ, ਬਟ ਜੇ 2 ਕੀ ਹੈ ਕੇ ਸ਼ੈਲ ਦੇ ਵਿੱਚ ਆਏ ਹੈ ਤਾਂ ਜਿਹੜੇ ਕੀ ਹੈ ਬਾਕੀ ਰਹਿਣਗੇ ਉਹ ਕਿਹਦੇ ਵਿੱਚ ਆਉਣਗੇ? ਐੱਲ ਸ਼ੈਲ ਦੇ ਵਿੱਚ। ਤਾਂ ਇਹਦੇ ਕੀ ਹੈ ਵੈਲੈਂਸ ਇਲੈਕਟ੍ਰੋਨ ਕਿੰਨਾ? 7 ਹੈ, ਠੀਕ ਹੈ। ਐਵੇਂ ਸਿਮਿਲਰਲੀ ਕੀ ਹੈ ਕਲੋਰੀਨ ਹੈ, ਕਲੋਰੀਨ ਦੇ ਵੀ ਕੀ ਹੈ ਕੇ ਸ਼ੈਲ ਦੇ ਵਿੱਚ 2 ਇਲੈਕਟ੍ਰੋਨ, ਹਮੇਸ਼ਾ 2 ਇਲੈਕਟ੍ਰੋਨ ਆਉਣਗੇ, ਠੀਕ ਹੈ। ਆਪਾਂ ਅੱਗੇ ਕਰਾਂਗੇ ਕਿਉਂ ਆਉਣਗੇ, ਠੀਕ ਹੈ। ਅਤੇ ਜਿਹੜਾ ਕਲੋਰੀਨ ਦੇ ਬਾਕੀ ਜਿਹੜੇ ਆ 8 ਇਹਦੇ ਵਿੱਚ ਆ ਜਾਣਗੇ, ਕਿਉਂਕਿ ਐੱਲ ਐੱਮ ਜਿਹੜਾ ਸ਼ੈਲ ਹੈ ਉਹਦੇ ਵਿੱਚ ਕੀ 8 ਇਲੈਕਟ੍ਰੋਨ ਆ ਸਕਦੇ, ਠੀਕ ਹੈ। ਦੇਖੋ 2 ਅਤੇ 8 ਕਿੰਨੇ? 10 ਹੋ ਗਏ। ਅਤੇ ਐੱਮ ਦੇ ਵਿੱਚ ਕਿੰਨੇ? 7 ਇਲੈਕਟ੍ਰੋਨ ਬਚੇ। ਇਹਦੇ ਵਿੱਚ ਕੀ ਹੈ 7 ਇਲੈਕਟ੍ਰੋਨ ਨੇ, ਵੈਲੈਂਸ ਇਲੈਕਟ੍ਰੋਨ 7 ਨੇ, ਠੀਕ ਹੈ। ਤਾਂ ਕਰਕੇ ਇਹਨਾਂ ਨੂੰ ਕੀ ਆ ਇੱਕ ਗਰੁੱਪ ਦੇ ਵਿੱਚ ਰੱਖਿਆ, ਕਿਉਂਕਿ ਇਹਨਾਂ ਦੇ ਵੈਲੈਂਸ ਇਲੈਕਟ੍ਰੋਨ ਕੀ ਹੈ ਸੇਮ ਨੇ, ਠੀਕ ਹੈ। ਐਵੇਂ ਹੀ ਆਪਾਂ ਜੇ ਆਪਾਂ ਨਾਈਟ੍ਰੋਜਨ ਅਤੇ ਫੋਸਫੋਰਸ ਦੀ ਸਾਰਿਆਂ ਦੇ ਕੀ ਹੈ ਜਿੰਨੇ ਵੀ ਗਰੁੱਪਸ ਦੇ ਵਿੱਚ ਉਹਨਾਂ ਦੇ ਸਾਰਿਆਂ ਦੇ ਤੁਸੀਂ ਦੇਖੋਗੇ ਸਾਰਿਆਂ ਦਾ ਕੀ ਹੈ ਵੈਲੈਂਸ ਇਲੈਕਟ੍ਰੋਨ ਕੀ ਹੈ ਸੇਮ ਹੋਊਗਾ ਗਰੁੱਪ ਵਾਲੇ ਜਿੰਨੇ ਵੀ ਐਲੀਮੈਂਟਸ ਹੋਣਗੇ, ਠੀਕ ਹੈ। ਸਿਮਿਲਰਲੀ ਜਿਵੇਂ ਆਪਾਂ ਕੀ ਹੈ ਸੋਡੀਅਮ ਅਤੇ ਪੋਟਾਸ਼ੀਅਮ ਦੀ ਗੱਲ ਕਰ ਲੈਂਦੇ ਹਾਂ, ਸੋਡੀਅਮ ਅਤੇ ਕੀ ਹੈ ਪੋਟਾਸ਼ੀਅਮ। ਸੋਡੀਅਮ ਦਾ ਐਟੋਮਿਕ ਨੰਬਰ ਕਿੰਨਾ? 11। ਪੋਟਾਸ਼ੀਅਮ ਦਾ ਐਟੋਮਿਕ ਨੰਬਰ ਕਿੰਨਾ? 19, ਠੀਕ ਹੈ। ਦੇਖੋ ਕੇ ਸ਼ੈਲ ਦੇ ਵਿੱਚ ਕੀ ਹੈ 2 ਇਲੈਕਟ੍ਰੋਨ, ਠੀਕ ਹੈ। ਅਤੇ ਬਾਕੀ ਜਿਹੜੇ ਕੀ ਹੈ 8 ਇਲੈਕਟ੍ਰੋਨ ਕਿੰਨੇ ਹੋ ਗਏ? ਤਾਂ 1 ਇਲੈਕਟ੍ਰੋਨ ਕੀ ਹੈ ਇਹਦਾ ਵੈਲੈਂਸ ਇਲੈਕਟ੍ਰੋਨ ਹੋਊਗਾ, ਠੀਕ ਹੈ। ਸਿਮਿਲਰਲੀ ਕੀ ਹੈ ਪੋਟਾਸ਼ੀਅਮ ਦਾ ਦੇਖਦੇ ਹਾਂ, ਪੋਟਾਸ਼ੀਅਮ ਦਾ 8 2 8, ਅਤੇ ਕਿੰਨੇ ਹੋ ਜਾਣਗੇ ਇੱਥੇ? ਕਿੰਨੇ ਆ ਜਾਣਗੇ? 9 8, ਅਤੇ ਇੱਥੇ ਕਿੰਨੇ? 1 ਆ ਜਾਊਗਾ, ਠੀਕ ਹੈ। ਦੇਖੋ ਇਹਦੇ ਵੀ ਕੀ ਵੈਲੈਂਸ ਇਲੈਕਟ੍ਰੋਨ ਕੀ ਹੈ 1 1 ਹੈ, ਠੀਕ ਹੈ। ਦੇਖੋ ਸੇਮ ਗਰੁੱਪ ਦੇ ਵਿੱਚ ਰੱਖੇ ਹੋਏ ਆ, ਕਿਉਂਕਿ ਇਹਨਾਂ ਦਾ ਵੈਲੈਂਸ ਇਲੈਕਟ੍ਰੋਨ ਕੀ ਹੈ ਸੇਮ ਹੈ। ਫਲੋਰੀਨ ਅਤੇ ਕਲੋਰੀਨ ਵੀ ਕੀ ਹੈ ਸੇਮ ਗਰੁੱਪ ਦੇ ਵਿੱਚ ਹੈ, ਕਿਉਂਕਿ ਇਹਨਾਂ ਦਾ ਵੈਲੈਂਸ ਇਲੈਕਟ੍ਰੋਨ ਕੀ ਹੈ ਸੇਮ ਹੈ, ਠੀਕ ਹੈ। ਨੈਕਸਟ ਕੀ ਹੈਗਾ,
नेक्स्ट देखो ये एग्जाम्पल यही दी सी फ्लोरीन ते क्लोरीन बिलोंग्स टू 17 ग्रुप हाउ मैनी इलेक्ट्रॉन्स डू फ्लोरीन एंड क्लोरीन हैव इन देयर आउटरमोस्ट शैल देखो 7 इलेक्ट्रॉन्स आप हमने देखे ठीक है तो करके इन्हों की है सेम की ग्रुप के रखे हैंस वी कैन से दैट द ग्रुप्स इन द पीरियोडिक टेबल सिग्निफाइज द आइडेंटिकल आउटर शैल इलेक्ट्रॉनिक कॉन्फिगेशन ता करके जिन्हें भी ग्रुप्स ने उन्हों का की है किवें आइडेंटिफाई किया उन्होंने कि आउटरमोस्ट शैल इलैक्ट्रॉन के हिसाब के नल के ग्रुप्स के रखे ठीक है जिहड़ी कि हॉरीजोंटल ने जिहड़ी कि हॉरीजोंटल ने हॉरीजोंटल दे विच की है इन्हों के नंबर ऑफ शैल्स के अकॉर्डिंग की लगाया गया ठीक है बट जिवें जिवें आप इन्होंने की कहा ऑन द अदर हैंड द नंबर ऑफ शैल इनक्रीजिज एज वी गो डाउन इन द ग्रुप देखो शैल्स जिहड़े कि है हॉरीजोंटल दे विच कि शैल्स की सेम रहिंदे ने ठीक है शैल्स की है सेम ने बट जिवें प्रियो ग्रुप दे विच जावांगे तो नंबर ऑफ शैल्स की है डाउन द ग्रुप की इनक्रीज होंगे ठीक है देखो एक किवें है देखो फ्लोरीन है ठीक है हुणे आपां पढ़े के ते की एल शैल्स ही होणगे इहदे विच 2 इहदा एटोमिक नंबर किन्ना हुंदा 9 ते इत्थे किन्ना हो जाऊगा 7 देखो इहदे विच सिर्फ किन्ने 2 शैल्स ने एक के शैल तो एक की है एल शैल ठीक है जिहड़ा क्लोरीन है ठीक है क्लोरीन दे के एल एम शैल होंगे देखो क्यों क्योंकि 17 अटोमिक नंबर है तो किन्ना हो जाऊगा 2 8 7 शैल्स इनक्रीज हो गए ना डाउन द ग्रुप फ्लोरीन दे क्लोरीन देखो कि डाउन द ग्रुप जो आप डाउन द ग्रुप जाने तो नंबर ऑफ शैल्स की है इनक्रीज हो रहे हैं ठीक है नंबर ऑफ शैल्स की है इनक्रीज हो रहे हैं देखो फ्लोरीन है फ्लोरीन का की है एक शैल ठीक है फिर की है दूसरा शैल क्लोरीन है क्लोरीन दे की है 3 शैल्स होंगे ठीक है ऐं जिवें आपां की है बाद चो की ब्रोमीन ते जावांगे तो ब्रोमीन दे किन्ने हो जाएंगे 4 शैल्स हो जाएंगे ठीक है देखो किवें क्योंकि ब्रोमीन दा अटोमिक नंबर किन्ना है 35 ठीक है के शैल्स एल एम एन देखो इत्थे किन्ना आ जाऊगा 2 8 इत्थे किन्ना आऊगा 18 ते की है देखो किन्ना हो जाऊगा 20 28 हो गया तो इत्थे जिन्ने भी लैफ्ट रह गए वो की है ये की 4 शैल्स होंगे ठीक है ठीक है ये देखो ये विच की है देखो इन्हों का फ्लोरीन क्लोरीन ब्रोमीन है जड़े कि सेम शैल दे विच के रखे गए इन्हें आउटरमोस्ट शैल दे विच हमेशा की 7 7 इलेक्ट्रॉन्स ने तो इन्हों के नंबर ऑफ शैल की इनक्रीज हो रहे हैं नंबर ऑफ शैल्स डाउन द ग्रुप की इनक्रीज हो रहे हैं ठीक है इसलिए इन्हों की एक ग्रुप दे विच की है प्लेस किया हुआ ठीक है नैक्सट हैगा पीरियड पीरियड की गल करते हैं आप यू विल फाइंड दैट दीज एलीमेंट्स ऑफ द सैकेंड पीरियड डू नॉट हैव द सेम नंबर ऑफ वैलेंस इलैक्ट्रॉन बट जे पीरियड्स ने उन्होंने कि नंबर ऑफ वैलेंस इलैक्ट्रॉन्स सेम नहीं होंगे ठीक है बट दे कंटेन द सेम नंबर ऑफ शैल्स जोड़े पीरियड्स ने उन्होंने कि नंबर ऑफ शैल्स की सेम रहेंगे ठीक है बट जो ग्रुप से नंबर ऑफ शैल्स की इनक्रीज हो रहा डाउन द ग्रुप तो नंबर ऑफ वैलेंस इलैक्ट्रॉन की है सेम रह रहे हैं बट पीरियड्स के नंबर ऑफ शैल्स है जोड़े वो की है सेम है ठीक है वो चेंज नहीं हो रहे बट की है नंबर ऑफ वैलेंस इलैक्ट्रॉन की है चेंज हो रहा है ठीक है वो आप देखेंगे क्यों हो रहा है यू विल ऑल्सो ऑब्जर्व दैट द नंबर ऑफ वैलेंस शैल इलैक्ट्रॉन इनक्रीजिज बाय यूनिट देखो जिमें जिमें कि एटोमिक नंबर इनक्रीज होगा तो नंबर ऑफ वैलेंस इलैक्ट्रॉन भी इनक्रीज होंगे ठीक है तो एज द अटोमिक नंबर इनक्रीजिज बाय 1 यूनिट ऑन मूविंग लैफ्ट टू राइट देखो जिमें जिमें कि अटोमिक नंबर इनक्रीज होगा अपन पता है नंबर ऑफ प्रोटोनस तो नंबर ऑफ इलैक्ट्रॉन्स भी की है न्यूकलीअस दे विच की इनक्रीज होंगे ठीक है जे कि फ्लोरीन तो बाद की है नियोन आ रहा ठीक है नियोन है इधर की 10 अटोमिक नंबर देखो ये कि एक इलैक्ट्रॉन इनक्रीज हो गया ठीक है नियोन दे विच भी की हो जाऊगा फ्लोरीन है फ्लोरीन दे विच की 9 इलैक्ट्रॉन्स ने तो कि न्यून के विच के 10 इलैक्ट्रॉन्स हो जाएंगे ठीक है जिमें जिमें अटोमिक नंबर इनक्रीज होगा तो नंबर ऑफ प्रोटोनस के इलैक्ट्रॉन्स भी की होंगे इनक्रीज होंगे ठीक है नैक्सट हैगा वी कैन से दैट द एटम्स ऑफ डिफरेंट एलीमेंट्स विद द सेम नंबर ऑफ ऑक्यूपाइड शैल आर प्लेसड इन द सेम पीरियड जेड़े भी सोडियम मैगनीशियम अल्यूमीनियम सिलिकन फॉसफोरस सल्फर क्लोरीन आर्गन बिलोंग टू द थर्ड पीरियड ऑफ द मॉडर्न पीरियोडिक टेबल देखो ये किवें होया ये विच की हैगा देखो सोडियम है ठीक है
ਇਹ ਸਾਰਾ ਕਿ ਇੱਕ ਫਾਰਮੂਲੇ ਦੇ ਬੇਸ ਦੇ ਉੱਤੇ ਹੈ, ਠੀਕ ਹੈ। ਇੱਕ ਇਹ ਫਾਰਮੂਲਾ, ਠੀਕ ਹੈ, ਜਿਹਤੋਂ ਆਪਾਂ ਕੀ ਨੰਬਰ ਆਫ ਸ਼ੈਲਸ ਕੀ ਪਤਾ ਕਰ ਸਕਦੇ ਹਾਂ, ਠੀਕ ਹੈ। ਉਹ ਫਾਰਮੂਲਾ ਕੀ ਹੈ, 2n² ਐਨ ਕੀ ਇੱਥੇ ਨੰਬਰ ਆਫ ਸ਼ੈਲਸ ਨੂੰ ਰੀਪ੍ਰਜੈਂਟ ਕਰਦਾ, ਠੀਕ ਹੈ। ਐਨ ਕੀ ਨੰਬਰ ਆਫ ਸ਼ੈਲਸ ਨੂੰ ਕੀ ਹੈ ਰੀਪ੍ਰਜੈਂਟ ਕਰਦਾ ਇੱਥੇ, ਠੀਕ ਹੈ। ਦੇਖੋ ਜਿਵੇਂ ਕਿ ਇੱਕ ਸ਼ੈਲ ਹੈ, ਠੀਕ ਹੈ, ਇੱਕ ਸ਼ੈਲ ਦੇ ਵਿੱਚ, ਠੀਕ ਹੈ, ਐਨ ਦੀ ਵੈਲਿਊ ਕੀ ਹੈ, 1 ਹੈ। ਮੀਨਸ 1 ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਆ ਸਕਦੇ ਆ, ਠੀਕ ਹੈ। ਦੇਖੋ ਇਹਨੂੰ ਕਰਾਂਗੇ ਤਾਂ 2 × 1 ਕੀ ਹੋ ਜਾਊਗਾ, 2। ਮੀਨਸ ਕਿ 1 ਸ਼ੈਲ ਦੇ ਵਿੱਚ ਕੀ ਹਮੇਸ਼ਾ 2 ਹੀ ਇਲੈਕਟ੍ਰੋਨ ਆ ਸਕਦੇ, 2 ਤੋਂ ਜ਼ਿਆਦਾ ਇਲੈਕਟ੍ਰੋਨਸ ਨਹੀਂ ਆ ਸਕਦੇ, ਠੀਕ ਹੈ। ਐਨ ਮਤਲਬ ਕਿ ਸੈਕਿੰਡ ਸ਼ੈਲ ਦੀ ਗੱਲ ਕਰਦੇ ਹਾਂ ਆਪਾਂ, ਅਤੇ ਐਨ ਦੀ ਵੈਲਿਊ ਕੀ ਹੈ, 2 ਪੁੱਟ ਕਰਾਂਗੇ ਤਾਂ 2 × 2 = 4, 4 × 2 = 8। ਦੇਖੋ 2 × 4, 4 × 2 = 8 ਇਲੈਕਟ੍ਰੋਨ। ਮੀਨਸ ਸੈਕਿੰਡ ਸ਼ੈਲ ਦੇ ਵਿੱਚ ਹਮੇਸ਼ਾ ਕੀ 8 ਇਲੈਕਟ੍ਰੋਨਸ ਆਉਣਗੇ, 8 ਇਲੈਕਟ੍ਰੋਨਸ ਤੋਂ ਜ਼ਿਆਦਾ ਨਹੀਂ ਆ ਸਕਦੇ, ਠੀਕ ਹੈ। ਘੱਟ ਆ ਸਕਦੇ ਬਟ ਜ਼ਿਆਦਾ ਨਹੀਂ ਆ ਸਕਦੇ। ਸਿਮਿਲਰਲੀ ਕੀ ਐਨ ਇਜ਼ ਇਕੁਅਲ ਟੂ 3, 2, 3, ਐਨ ਦੀ ਵੈਲਿਊ ਕੀ 3 ਪੁੱਟ ਕਰਤੀ ਆਪਾਂ, ਠੀਕ ਹੈ। ਅਤੇ ਇੱਥੇ ਕੀ ਆ ਜਾਊਗਾ, 3 × 3 = 9, 9 × 2 = 18। ਮੀਨਸ ਕਿ ਥਰਡ ਸ਼ੈਲ ਦੇ ਵਿੱਚ 18 ਇਲੈਕਟ੍ਰੋਨ ਆ ਸਕਦੇ, ਠੀਕ ਹੈ। ਐਨ ਇਜ਼ ਇਕੁਅਲ ਟੂ 4, 4 ਦੀ ਆਪਾਂ ਗੱਲ ਕਰਦੇ ਹਾਂ ਤਾਂ ਕਿੰਨੇ ਆ ਜਾਣਗੇ, 4 ਦੇ ਵਿੱਚ ਵੀ 18 ਇਲੈਕਟ੍ਰੋਨਸ ਕੀ ਆ, ਸੋਰੀ 32 ਇਲੈਕਟ੍ਰੋਨਸ ਆ ਸਕਦੇ ਆ, ਠੀਕ ਹੈ। ਐਵੇਂ ਕੀ ਆਪਾਂ ਸਾਰੇ ਕੀ ਫਾਰਮੂਲਾ ਦੇ ਬੇਸ 'ਤੇ ਹੈ, ਮੀਨਸ ਕੇ, ਐਲ, ਐਮ ਐਂਡ ਸ਼ੈਲ। ਕੇ ਸ਼ੈਲ ਦੇ ਵਿੱਚ ਫਸਟ ਸ਼ੈਲ ਹੈ ਜਿਹੜਾ ਆਪਾਂ ਕੀ ਹੈ, ਵੈਸੇ ਵੀ ਆਪਾਂ ਚੈਪਟਰ 4 ਦੇ ਵਿੱਚ ਗੱਲ ਕੀਤੀ ਹੈ ਕਿ ਜਿਹੜਾ ਕੇ ਸ਼ੈਲ ਹੁੰਦਾ, ਫਸਟ ਸ਼ੈਲ ਹੁੰਦਾ, ਉਹਦੇ ਵਿੱਚ ਹਮੇਸ਼ਾ 2 ਇਲੈਕਟ੍ਰੋਨਸ ਹੋਣਗੇ। ਐਲ ਸ਼ੈਲ ਦੇ ਵਿੱਚ ਕਿੰਨੇ ਹੋਣਗੇ, 8 ਇਲੈਕਟ੍ਰੋਨ ਆ ਸਕਦੇ ਆ, ਠੀਕ ਹੈ। ਐਮ ਸ਼ੈਲ ਦੇ ਵਿੱਚ 18 ਇਲੈਕਟ੍ਰੋਨਸ, ਠੀਕ ਹੈ। ਐਨ ਸ਼ੈਲ ਦੇ ਵਿੱਚ ਕੀ ਹੈ, 32 ਇਲੈਕਟ੍ਰੋਨਸ। ਐਵੇਂ ਕਿ ਇਲੈਕਟ੍ਰੋਨਸ ਨੇ ਜਿਹੜੇ ਕੀ ਹੈ, ਫਿਲ ਹੋ ਸਕਦੇ ਆ, ਠੀਕ ਹੈ। ਹੁਣ ਆਪਾਂ ਕੀ ਹੈ, ਸੋਡੀਅਮ ਮੈਗਨੀਸ਼ੀਅਮ, ਦੇਖੋ ਹੁਣ ਸੋਡੀਅਮ ਹੈ, ਠੀਕ ਹੈ। ਸੋਡੀਅਮ ਦਾ ਐਟੋਮਿਕ ਨੰਬਰ ਕਿੰਨਾ, 11 ਹੈ ਨਾ। ਅਤੇ ਇਹਦੇ ਵਿੱਚ ਕਿੰਨੇ ਸ਼ੈਲ ਹੋ ਸਕਦੇ, ਕੇ, ਆਪਾਂ ਕੀ ਚਾਰੋ ਸ਼ੈਲ ਲੈ ਕੇ ਦੇਖਦੇ ਹਾਂ, ਆਟੋਮਿਕ ਨੰਬਰ 11 ਹੈ, ਠੀਕ ਹੈ। ਮੀਨਸ ਫਸਟ ਦੇ ਵਿੱਚ ਅਗਰ 2 ਆ ਗਏ ਤਾਂ ਪਿੱਛੇ ਕਿੰਨੇ ਹੋਏ, 8 ਕਿੰਨੇ ਹੋ ਗਏ, 10 ਹੋ ਗਏ। ਅਤੇ 1 ਕੀ ਹੈ, ਐਮ ਸ਼ੈਲ ਦੇ ਵਿੱਚ ਕੀ 1 ਇਲੈਕਟ੍ਰੋਨ ਆ ਸਕਦੇ, ਕਿਉਂਕਿ ਇਹਦੇ ਵਿੱਚ ਸਿਰਫ ਕੀ 11 ਇਲੈਕਟ੍ਰੋਨਸ ਨੇ ਨਿਊਕਲੀਅਸ ਦੇ ਵਿੱਚ, ਠੀਕ ਹੈ। ਨੈਕਸਟ ਕੀ ਹੈ, ਅਗਰ ਆਪਾਂ ਦੇਖਦੇ ਹਾਂ ਸੋਡੀਅਮ ਤੋਂ ਬਾਅਦ ਕੀ ਹੈ, ਮੈਗਨੀਸ਼ੀਅਮ, ਇਹ ਆਪਾਂ ਕੀ ਪੀਰੀਅਡ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਉਹਦਾ ਕਿੰਨਾ ਐਟੋਮਿਕ ਨੰਬਰ ਕਿੰਨਾ ਹੈ, 12, ਠੀਕ ਹੈ। ਇੱਥੇ 2, 8, 2, ਠੀਕ ਹੈ। ਨੈਕਸਟ ਹੈਗਾ ਐਲਮੀਨੀਅਮ, ਐਲਮੀਨੀਅਮ ਦਾ ਕਿੰਨਾ ਹੈ, 13, 2, 8, 3। ਦੇਖੋ ਨੰਬਰ ਆਫ ਵੈਲੈਂਸ ਇਲੈਕਟ੍ਰੋਨ ਸੇਮ ਨਹੀਂ ਰਹਿ ਰਹੇ, ਉਹ ਕੀ ਇਨਕਰੀਜ਼ ਹੋ ਰਿਹਾ ਨੰਬਰ ਆਫ ਵੈਲੈਂਸ ਇਲੈਕਟ੍ਰੋਨ, ਬਟ ਨੰਬਰ ਆਫ ਸ਼ੈਲਸ ਕੀ ਹੈ, ਸੇਮ ਰਹਿ ਰਿਹਾ, ਠੀਕ ਹੈ, ਪੀਰੀਅਡਸ ਦੇ ਵਿੱਚ। ਸਿਮਿਲਰਲੀ ਆਪਾਂ ਕੀ ਦੇਖੋ, ਆਪਾਂ ਕੀ ਸੈਕਿੰਡ ਥਰਡ ਪੀਰੀਅਡ ਦੀ ਗੱਲ ਕਰ ਰਹੇ ਹਾਂ, ਸੋਡੀਅਮ, ਮੈਗਨੀਸ਼ੀਅਮ, ਅਲਮੀਨੀਅਮ, ਸਿਲੀਕਨ, ਇਹ ਸਾਰੇ ਦੀ ਗੱਲ ਕਰ ਰਹੇ ਹਾਂ ਆਪਾਂ, ਠੀਕ ਹੈ। ਹੁਣ ਆਪਾਂ ਕੀ ਸਿਲੀਕਨ ਲੈ ਲੈਂਦੇ ਹਾਂ, ਸਿਲੀਕਨ ਦਾ ਐਟੋਮਿਕ ਨੰਬਰ ਕਿੰਨਾ, 14, ਠੀਕ ਹੈ। ਤਾਂ ਕਿੰਨਾ ਜੋ 2, 8, 4। ਦੇਖੋ ਨੰਬਰ ਆਫ ਸ਼ੈਲਸ ਕੀ ਹੈ, ਸੇਮ ਰਹਿ ਰਿਹਾ, ਬਟ ਨੰਬਰ ਆਫ ਵੈਲੈਂਸ ਇਲੈਕਟ੍ਰੋਨ ਕੀ ਹੈ, ਇਨਕਰੀਜ਼ ਹੋ ਰਿਹਾ, ਠੀਕ ਹੈ। ਇਹਦੇ ਵਿੱਚ ਕੀ, ਇਸ ਲਈ ਇਹਨਾਂ ਨੂੰ ਸਾਰਿਆਂ ਨੂੰ ਕੀ ਇੱਕ ਪੀਰੀਅਡ ਦੇ ਵਿੱਚ ਰੱਖਿਆ ਹੋਇਆ, ਠੀਕ ਹੈ। ਪੀਰੀਅਡ ਦੇ ਵਿੱਚ ਹਮੇਸ਼ਾ ਤੁਸੀਂ ਯਾਦ ਰੱਖਣਾ, ਪੀਰੀਅਡਸ ਦੇ ਵਿੱਚ ਨੰਬਰ ਆਫ ਸ਼ੈਲਸ ਸੇਮ ਰਹਿਣਗੇ, ਬਟ ਜਿਹੜੇ ਕੀ ਗਰੁੱਪ ਆ, ਗਰੁੱਪ ਦੇ ਵਿੱਚ ਨੰਬਰ ਆਫ ਸ਼ੈਲਸ ਇਨਕਰੀਜ਼ ਹੋਣਗੇ ਡਾਊਨ ਦੀ ਗਰੁੱਪ, ਠੀਕ ਹੈ। ਪੀਰੀਅਡਸ ਦੇ ਵਿੱਚ ਜਦੋਂ ਆਪਾਂ ਲੈਫਟ ਟੂ ਰਾਈਟ ਮੂਵ ਕਰਾਂਗੇ ਤਾਂ ਨੰਬਰ ਆਫ ਸ਼ੈਲਸ ਸੇਮ ਰਹਿਣਗੇ, ਬਟ ਨੰਬਰ ਆਫ ਵੈਲੈਂਸ ਇਲੈਕਟ੍ਰੋਨ ਇਨਕਰੀਜ਼ ਹੋਣਗੇ। ਦੇਖੋ ਪੀਰੀਅਡਸ ਦੇ ਵਿੱਚ ਕੀ ਆ, ਨੰਬਰ ਆਫ ਸ਼ੈਲਸ ਕੀ ਹੋਣਗੇ, ਸੇਮ ਰਹਿਣਗੇ ਜਦੋਂ ਆਪਾਂ ਕਿ ਲੈਫਟ ਟੂ ਰਾਈਟ ਜਾਵਾਂਗੇ ਪੀਰੀਅਡਸ ਦੇ ਵਿੱਚ, ਠੀਕ ਹੈ। ਜਿਹੜੇ ਗਰੁੱਪ ਹੈ, ਗਰੁੱਪ ਦੇ ਵਿੱਚ ਕੀ ਹੋਊਗਾ, ਨੰਬਰ ਆਫ ਵੈਲੈਂਸ ਇਲੈਕਟ੍ਰੋਨਸ, ਸੋਰੀ, ਨੰਬਰ ਆਫ ਸ਼ੈਲ ਕੀ ਹੋਣਗੇ, ਇਨਕਰੀਜ਼ ਹੋਣਗੇ ਜਦੋਂ ਆਪਾਂ ਕਿ ਡਾਊਨ ਦੀ ਗਰੁੱਪ ਜਾਵਾਂਗੇ, ਠੀਕ ਹੈ। ਪੀਰੀਅਡਸ ਦੇ ਵਿੱਚ ਨੰਬਰ ਆਫ ਵੈਲੈਂਸ ਇਲੈਕਟ੍ਰੋਨ ਇਨਕਰੀਜ਼ ਹੋਣਗੇ, ਬਟ ਨੰਬਰ ਗਰੁੱਪ ਦੇ ਵਿੱਚ ਨੰਬਰ ਆਫ ਵੈਲੈਂਸ ਇਲੈਕਟ੍ਰੋਨ ਕੀ ਹੋਣਗੇ, ਸੇਮ ਰਹਿਣਗੇ, ਠੀਕ ਹੈ। ਇਹ ਕੀ ਹੈ, ਪੀਰੀਅਡਸ ਦੀ ਗੱਲ ਹੈ ਇੱਕ, ਠੀਕ ਹੈ, ਗਰੁੱਪ, ਠੀਕ ਹੈ। ਦੇਖੋ ਪੀਰੀਅਡਸ ਦੇ ਵਿੱਚ ਕੀ ਆ, ਨੰਬਰ ਆਫ ਸ਼ੈਲ ਸੇਮ ਨੇ, ਨੰਬਰ ਆਫ ਵੈਲੈਂਸ ਇਲੈਕਟ੍ਰੋਨ ਇਨਕਰੀਜ਼ ਹੋ ਰਿਹਾ, ਬਟ ਗਰੁੱਪ ਦੇ ਵਿੱਚ ਨੰਬਰ ਆਫ ਸ਼ੈਲ ਇਨਕਰੀਜ਼ ਹੋਣਗੇ ਡਾਊਨ ਦੀ ਗਰੁੱਪ ਜਦੋਂ ਆਪਾਂ ਆਵਾਂਗੇ, ਨੰਬਰ ਆਫ ਵੈਲੈਂਸ ਇਲੈਕਟ੍ਰੋਨ ਕੀ ਹੈ, ਸੇਮ ਰਹਿਣਗੇ, ਠੀਕ ਹੈ। ਇਸ ਲਈ ਇਹਨਾਂ ਨੂੰ ਪੀਰੀਅਡਸ ਦੇ ਕੀ ਹੈ, ਗਰੁੱਪ ਦੇ ਵਿੱਚ ਕੀ ਇਹਨਾਂ ਨੂੰ ਪਲੇਸ ਕੀਤਾ ਹੋਇਆ, ਠੀਕ ਹੈ। ਇਹ ਸਾਰਾ ਕੀ ਹੈ, ਇਹਦੇ ਵਿੱਚ ਆਪਾਂ ਅੱਗੇ ਪੜ੍ਹ ਚੁੱਕੇ ਹਾਂ।
ਨੈਕਸਟ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਟ੍ਰੈਂਡਸ, ਜਿਹੜੇ ਜੇ ਟ੍ਰੈਂਡਸ ਨੇ ਅਤੇ ਜਿਹੜੇ ਇਹਦੇ ਰਿਲੇਟਡ ਕੁਝ ਕੁਐਸਚਨਸ ਨੇ ਉਹ ਸਾਰੇ ਆਪਾਂ ਕੀ ਨੈਕਸਟ ਵੀਡੀਓ ਦੇ ਵਿੱਚ ਕੰਪਲੀਟ ਕਰਾਂਗੇ। ਓਕੇ, ਥੈਂਕ ਯੂ।